ਮੈਡੀਟੇਸ਼ਨ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ, ਕਿਉਂ ਕਰਨੀ ਹੈ, ਸਭ ਤੋਂ ਜ਼ਰੂਰੀ ਜੋ ਗੱਲ ਹੈ, ਅੱਜ ਕੱਲ੍ਹ ਕਾਫੀ ਸੁਣਨ 'ਚ ਮਿਲਦੀ ਹੈ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ, ਮੇਰੇ ਕੋਲ ਟਾਈਮ ਨਹੀਂ ਹੈ ਮੈਡੀਟੇਸ਼ਨ ਕਰਨ ਦਾ। ਸੋ ਸਭ ਤੋਂ ਪਹਿਲਾਂ ਸਵਾਲ, ਕਿੱਥੇ ਕਰਨੀ ਹੈ ਮੈਡੀਟੇਸ਼ਨ? ਤੁਸੀਂ ਕਿਤੇ ਵੀ ਕਰ ਸਕਦੇ ਹੋ, ਆਪਣੇ ਕਮਰੇ ਦੇ ਵਿੱਚ, ਸਟੱਡੀ ਰੂਮ ਦੇ ਵਿੱਚ, ਲਿਵਿੰਗ ਰੂਮ ਦੇ ਵਿੱਚ, ਕਲਾਸ ਰੂਮ ਦੇ ਵਿੱਚ, ਕਿਤੇ ਵੀ। ਬਸ ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਕੋਈ ਤੁਹਾਨੂੰ ਡਿਸਟਰਬ ਨਾ ਕਰੇ। ਜੇਕਰ ਤੁਸੀਂ 10 ਮਿੰਟ, 15 ਮਿੰਟ ਜਾਂ ਅੱਧੇ ਘੰਟੇ ਜਾਂ 2 ਘੰਟੇ ਲਈ ਮੈਡੀਟੇਸ਼ਨ ਕਰਨ ਲਈ ਬੈਠੇ ਹੋ, 10 ਮਿੰਟ 15 ਮਿੰਟ ਦੇ ਲਈ ਤੁਹਾਨੂੰ ਆਲੇ ਦੁਆਲੇ ਤੋਂ ਕਿਸੇ ਵੀ ਪ੍ਰਕਾਰ ਦੀ ਡਿਸਟਰਬੈਂਸ ਨਾ ਹੋਵੇ। ਕਿਉਂਕਿ ਅਸੀਂ ਜਦੋਂ ਮੈਡੀਟੇਸ਼ਨ ਕਰਦੇ ਹਾਂ, ਇੱਕ ਜ਼ਰੂਰੀ ਕੰਮ ਕਰ ਰਹੇ ਹੁੰਦੇ ਹਾਂ, ਆਪਣੇ ਮਨ ਨੂੰ ਇਕਾਗਰ ਕਰਕੇ ਆਪਣੀ ਸਾਰੀ ਊਰਜਾ ਅਸੀਂ ਆਪਣੇ ਮਨ ਦੇ ਉੱਪਰ ਲਗਾਉਂਦੇ ਹਾਂ। ਅਤੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਮਨ ਬਹੁਤ 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 ਸੂਕਸ਼ਮ ਹੈ, ਬਹੁਤ ਛੋਟਾ ਹੈ, ਅਤੇ ਆਪਣੀ ਸਾਰੇ ਅਸੀਂ ਆਪਣੇ ਸਾਰੇ ਸਰੀਰ ਦੀ ਊਰਜਾ, ਐਨਰਜੀ ਬਿਲਕੁਲ ਇੱਕ ਛੋਟੇ ਪੁਆਇੰਟ 'ਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਜੇਕਰ ਸਾਨੂੰ ਕੋਈ ਡਿਸਟਰਬੈਂਸ ਹੋ ਰਹੀ ਹੈ ਤੇ ਅਸੀਂ ਉਹ ਚੰਗੀ ਤਰੀਕੇ ਨਾਲ ਨਹੀਂ ਕਰ ਸਕਾਂਗੇ। ਮੈਡੀਟੇਸ਼ਨ ਕਦੋਂ ਕਰਨੀ ਹੈ? ਇਸ ਦਾ ਵੀ ਸੇਮ ਹੀ ਆਂਸਰ ਹੈ ਕਿ ਮੈਡੀਟੇਸ਼ਨ ਅਸੀਂ ਕਿਸੇ ਵੀ ਟਾਈਮ ਕਰ ਸਕਦੇ ਹਾਂ। ਗ੍ਰੰਥਾਂ ਦੇ ਵਿੱਚ ਸਵੇਰ ਦਾ ਸਮਾਂ ਜਾਂ ਰਾਤ ਦਾ ਸਮਾਂ ਜ਼ਿਆਦਾ ਕਿਹਾ ਗਿਆ ਹੈ, ਕਿਉਂਕਿ ਸਵੇਰ ਦੇ ਸਮੇਂ ਅਤੇ ਰਾਤ ਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਡਿਸਟਰਬੈਂਸ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ। 90% 95% ਜੀਵ ਜੰਤੂ ਇਨਸਾਨ ਰਾਤ ਨੂੰ ਆਰਾਮ ਕਰਦੇ ਹਨ, ਇਸ ਲਈ ਡਿਸਟਰਬੈਂਸ ਘੱਟ ਹੁੰਦੀ ਹੈ। ਇਸ ਲਈ ਸਵੇਰ ਦਾ ਸਮਾਂ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਸਮਾਂ ਵਧੀਆ ਗਿਣਿਆ ਗਿਆ ਹੈ ਮੈਡੀਟੇਸ਼ਨ ਕਰਨ ਲਈ, ਧਿਆਨ ਕਰਨ ਦੇ ਲਈ। ਗ੍ਰੰਥਾਂ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਹੈ, ਜੋ ਯੋਗੀ ਹੁੰਦਾ ਹੈ ਉਹ ਉਸ ਵੇਲੇ ਜਾਗਦਾ ਹੈ ਜਦੋਂ ਸਾਰੀ ਕਾਇਨਾਤ ਸੁੱਤੀ ਹੁੰਦੀ ਹੈ, ਅਤੇ ਉਹ ਧਿਆਨ ਵਿੱਚ ਮਗਨ ਹੋ ਕੇ ਪਰਮਾਤਮਾ ਦੇ ਨਾਲ ਆਪਣੀਆਂ ਤਾਰਾਂ ਜੋੜਦਾ ਹੈ। ਅਗਲਾ ਕੁਐਸਚਨ ਇਹ ਹੈ ਕਿ ਮੈਡੀਟੇਸ਼ਨ ਕਿਉਂ ਕਰਨੀ ਹੈ? ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵਧੀਆ ਖਾਣਾ ਖਾਣ ਦੀ ਕੋਸ਼ਿਸ਼ ਕਰਦੇ ਹਾਂ। ਡਾਕਟਰਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਤੁਸੀਂ ਐਕਸਰਸਾਈਜ਼ ਕਰੋ ਅਤੇ ਚੰਗਾ ਭੋਜਨ ਖਾਓ। ਕਾਫੀ ਲੋਕ ਕਰਦੇ ਵੀ ਹਨ ਅਤੇ ਕਾਫੀ ਲੋਕ ਨਹੀਂ ਵੀ ਕਰਦੇ, ਪਰ ਐਟਲੀਸਟ ਅਸੀਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਖਾਣਾ ਖਾਂਦੇ ਹਾਂ। ਮਨ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਕੀ ਕਰਦੇ ਹਾਂ? ਮਨ ਨੂੰ ਤੰਦਰੁਸਤ ਰੱਖਣਾ ਕਿਉਂ ਜ਼ਰੂਰੀ ਹੈ? ਕਿਉਂਕਿ ਮਨ ਪ੍ਰਧਾਨ ਹੈ, ਸਾਰੇ ਸਰੀਰ ਦਾ ਪਿਓ ਮਨ ਹੈ, ਸਾਡਾ ਦਿਮਾਗ ਹੀ ਸਾਰੇ ਸਾਡੇ ਸਰੀਰ ਨੂੰ ਚਲਾਉਂਦਾ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। ਅਤੇ ਮਨ ਨੂੰ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਹੈ? ਮਨ ਨੂੰ ਚੰਗੀ ਖੁਰਾਕ ਦਿਓ, ਮਨ ਨੂੰ ਆਰਾਮ ਦਿਓ ਅਤੇ ਮਨ ਦੀ ਐਕਸਰਸਾਈਜ਼ ਕਰਾਓ। ਮਨ ਦੀ ਚੰਗੀ ਖੁਰਾਕ ਹੈ ਚੰਗੇ ਵਿਚਾਰ, ਮਨ ਦੀ ਐਕਸਰਸਾਈਜ਼ ਹੈ ਧਿਆਨ ਕਰਨਾ, ਮੈਡੀਟੇਸ਼ਨ ਕਰਨਾ। ਅਤੇ ਮਨ ਦਾ ਆਰਾਮ ਕੀ ਹੈ? ਮਨ ਦਾ ਆਰਾਮ ਵੀ ਧਿਆਨ ਕਰਨਾ ਅਤੇ ਮੈਡੀਟੇਸ਼ਨ ਕਰਨਾ ਹੈ। ਜਦੋਂ ਅਸੀਂ ਧਿਆਨ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ ਜਾਂ ਪਰਮਾਤਮਾ ਦਾ ਨਾਮ ਜਪਦੇ ਹਾਂ, ਅਸੀਂ ਮਨ ਨੂੰ ਇਕਾਗਰ ਕਰਦੇ ਹਾਂ। ਅਸੀਂ ਮਨ ਨੂੰ ਆਪਣੇ ਸਾਰੇ ਸਰੀਰ ਦੀ ਐਨਰਜੀ ਇੱਕ ਪੁਆਇੰਟ 'ਤੇ ਲੈ ਕੇ ਆਉਂਦੇ ਹਾਂ, ਜਿਸ ਨਾਲ ਮਨ ਦਾ ਜ਼ੋਰ ਲੱਗਦਾ ਹੈ, ਬਹੁਤ ਜ਼ਿਆਦਾ। ਮਨ ਦਾ ਨਹੀਂ ਸਿਰਫ, ਪੂਰੇ ਸਰੀਰ ਦਾ ਜ਼ੋਰ ਲੱਗਦਾ ਹੈ। ਇਸ ਲਈ ਧਿਆਨ ਕਰਨਾ, ਮੈਡੀਟੇਸ਼ਨ ਕਰਨਾ, ਨਾਮ ਜਪਣਾ, ਤਪ ਕਰਨਾ, ਇਹ ਸਭ ਤੋਂ ਔਖਾ ਕੰਮ ਹੈ। ਇਸ ਲਈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਅਸੀਂ ਆਪਣੇ ਮਨ ਨੂੰ ਇੱਕ ਗਾਈਡੈਂਸ ਦਿੰਦੇ ਹਾਂ, ਇੱਕ ਪ੍ਰੇਰਿਤ ਕਰਦੇ ਹਾਂ। ਅਤੇ ਜਦੋਂ ਅਸੀਂ ਹਰ ਰੋਜ਼ ਕਰਦੇ ਹਾਂ ਇਹ, ਹਰ ਰੋਜ਼ ਅਭਿਆਸ, ਬੇਸ਼ੱਕ ਅਸੀਂ 2 ਮਿੰਟ ਲਈ ਵੀ ਕਰੀਏ, ਹਰ ਰੋਜ਼ ਇੱਕੋ ਸਮੇਂ ਕਰਦੇ ਹਾਂ ਅਤੇ ਮਨ ਉਸ ਆਦਤ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ, ਮਨ ਉਸ ਐਕਸਰਸਾਈਜ਼ ਦੇ ਪ੍ਰਤੀ, ਮਨ ਧਿਆਨ ਦੇ ਪ੍ਰਤੀ ਧਿਆਨ ਲਾਉਣ ਦੇ ਵਿੱਚ ਸਟਰੋਂਗ ਹੋ ਜਾਂਦਾ ਹੈ, ਤਾਕਤਵਰ ਹੋ ਜਾਂਦਾ ਹੈ। ਇਸ ਲਈ ਆਪਣਾ ਮਨ ਅਸੀਂ ਮੈਡੀਟੇਸ਼ਨ ਰੋਜ਼ ਮਰਿਆਦਾ ਦੀ ਜ਼ਿੰਦਗੀ ਵਿੱਚ, ਜਦੋਂ ਅਸੀਂ ਬੇਸ਼ੱਕ 2 ਮਿੰਟ ਲਈ ਪ੍ਰੈਕਟਿਸ ਕਰਦੇ ਹਾਂ, ਮਨ ਆਟੋਮੈਟਿਕ ਤੁਹਾਡਾ ਬਾਕੀ ਸਮੇਂ ਵਿੱਚ ਵੀ ਮੈਡੀਟੇਸ਼ਨ ਦੀ ਸਥਿਤੀ ਵਿੱਚ ਚਲਾ ਜਾਏਗਾ। ਉਸ ਤਰ੍ਹਾਂ ਤੁਹਾਡੇ ਮਨ ਨੂੰ ਆਰਾਮ ਮਿਲੇਗਾ, ਅਤੇ ਜਿੰਨੀ ਜ਼ਿਆਦਾ ਤੁਸੀਂ ਮੈਡੀਟੇਸ਼ਨ ਕਰੋਗੇ ਓਨਾ ਜ਼ਿਆਦਾ ਤੁਹਾਡਾ ਮਨ ਸਥਿਰ ਹੁੰਦਾ ਜਾਏਗਾ। ਜਿੰਨਾ ਜ਼ਿਆਦਾ ਤੁਹਾਡਾ ਮਨ ਸਥਿਰ ਹੁੰਦਾ ਜਾਏਗਾ, ਓਨਾ ਤੁਹਾਡੇ ਮਨ ਨੂੰ ਆਰਾਮ ਮਿਲੇਗਾ। ਜਿਸ ਤਰ੍ਹਾਂ ਕਹਿੰਦੇ ਨੇ ਕਿ ਅੱਜ ਮੈਂ ਬਹੁਤ ਕੰਮ ਕੀਤਾ ਅਤੇ ਅੱਜ ਮੈਂ ਥੱਕ ਗਿਆ, ਅੱਜ ਮੈਨੂੰ ਨੀਂਦ ਬੜੀ ਸੋਹਣੀ ਆਏਗੀ, ਇਸ ਤਰ੍ਹਾਂ ਜਿੰਨੀ ਅਸੀਂ ਜ਼ਿਆਦਾ ਮੈਡੀਟੇਸ਼ਨ ਕਰਦੇ ਹਾਂ, ਤੁਹਾਡਾ ਮਨ ਥੱਕਦਾ ਵੀ ਜ਼ਿਆਦਾ ਹੈ ਅਤੇ ਉਸਨੂੰ ਆਰਾਮ ਵੀ ਸੋਹਣਾ ਮਿਲਦਾ ਹੈ।
सब तो इंपोर्टेंट क्वेश्चन जड़ा कि मैं बहुत बिजी हाँ, मैं मेडिटेशन का टाइम किस समय कढ़ना। मेडिटेशन का टाइम कढ़ना क्यों है? क्योंकि असी बिजी हाँ, असी बिजी हाँ इसलिए असी मेडिटेशन नहीं कर सकते। इस दे उल्ट असी बिजी हाँ इसलिए सानू मेडिटेशन करनी जरूरी है। जिस तरह असी बिजी हाँ साड़ियाँ खान दियाँ अते एक्सरसाइज करन दियाँ आदतां थोड़ियां जिहियां अस्थिर होईयां होईयां ने, इस तरह बिजी होण करके साडे मन दी वी स्थिरता घट चुकी है। मन नूं स्थिर करन दे लई, मन नूं शांत करन दे लई, एकागर करन दे लई तुहानू मेडिटेशन करनी जरूरी है। जेकर किसी प्रकार का होर कोई क्वेश्चन होए प्लीज़ नीचे कॉमेंट्स करके जरूर दस्यो। शुक्रिया।